ਦਾ ਨੋਟ ਕਰ ਲਓ ਜੀ 21:30 ਬਾਈ ਕਿਹੜੇ ਕਿਹੜੇ ਚਾਹੁੰਦੇ ਆ ਵੀ ਧਨੌਰੀ ਦੀ ਟੀਮ ਜਿੱਤੇ ਇੱਕ ਵਾਰੀ ਤਾੜੀਆਂ ਤੇ ਜਿਹੜੇ ਜਿਹੜੇ ਚਾਹੁੰਦੇ ਆ ਬਰਸਾਰਪੁਰ ਜਿੱਤੇ ਉਹ ਤਾੜੀਆਂ ਮਾਰ ਦਿਓ ਤੇ ਜਿਹੜੇ ਜਿਹੜੇ ਚਾਹੁੰਦੇ ਆ ਜਿੱਤੇ ਕੋਈ ਮਰਜ਼ੀ ਅਸੀਂ ਤਾਂ ਸਵਾਦ ਲੈਣ ਆਇਆ ਉਹ ਇੱਕ ਵਾਰੀ ਉਧਰ ਕਾਲਾ ਆ ਵੀਰ ਜਿਹੜਾ ਲਾਈਵ ਵਾਲੇ ਕੈਮਰੇ ਦੇ ਵਿੱਚ ਹੈ ਕੋਲੇ ਹੈ ਗਰਾਊਂਡ ਦੇ ਵਿੱਚ ਉਹ ਵੀਰ ਦਾ ਖਾਨ ਪ੍ਰਬੰਧਕ ਹੈ ਵੀਰ ਗਰਾਊਂਡ ਦੀ ਸੇਵਾ ਕਰਦਾ ਕਲੀ ਪਾਣ ਦੀ ਗਰਾਊਂਡ ਦੀ ਸੇਵਾ ਕਰਦਾ ਬਹੁਤ ਹੀ ਗਰੀਬ ਘਰ ਤੋਂ ਹੈ ਮੈਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਆ ਵੀਰ ਦਰਸ਼ਕਾਂ ਦੀ ਕਚਹਿਰੀ ਵਿੱਚ ਚੱਕਰ ਲਾਵੇਗਾ ਕਾਲਾ ਉਹਦਾ ਜ਼ਰੂਰ 10-20-100-50 ਨਾਲ ਕੋਈ ਫਰਕ ਨਹੀਂ ਪੈਂਦਾ ਜ਼ਰੂਰ ਮਾਣ ਸਤਿਕਾਰ ਕਰਿਓ ਲੈ ਵੀ ਕਾਲੇ ਬਾਈ ਇੱਧਰ ਆਈ ਵੀਰ ਸੱਦਦੇ ਹੈ ਬਾਂਟੀ ਚੁੰਨੀ ਵੱਲੋਂ ਬਹੁਤ ਸਾਰਾ ਪਿਆਰ ਹੈ ਕਾਲੇ ਲਈ ਵਿੱਕੀ ਚੁੰਨੀ ਵੱਲੋਂ ਫਾਈਨਲ ਮੈਚ ਸ਼ੁਰੂ ਹੋਣ ਲੱਗਿਆ ਫਾਈਨਲ ਮੈਚ ਸ਼ੁਰੂ ਹੋਣ ਲੱਗਿਆ ਬਾਉਂਸਰ ਵੀਰਾਂ ਨੂੰ ਬੇਨਤੀ ਹੈ ਥੋੜੀ ਸਖਤਾਈ ਰੱਖਿਓ ਜੀ ਲਾਈਨ ਤੋਂ ਅੰਦਰ ਕੋਈ ਵੀਰ ਨਾ ਆਵੇ ਸਿਰਫ ਗੱਲ ਕਬੱਡੀ ਦੀ ਹੋਵੇਗੀ ਸਿਰਫ ਤੇ ਸਿਰਫ ਗੱਲ ਕਬੱਡੀ ਦੀ ਹੋਵੇਗੀ ਆਉਣ ਵਾਲੀ 16 ਤੇ 17 ਮਾਰਚ ਬਨੂੜ ਦੇ ਕਬੱਡੀ ਕੱਪ ਦੀ ਹੈ 16 ਮਾਰਚ ਨੂੰ ਮਿੰਨੀ ਓਪਨ ਤੇ ਪਿਓਰ ਪਿੰਡ ਦੇ ਮੈਚ 17 ਮਾਰਚ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਕੱਪ ਹੋਵੇਗਾ ਸਾਧੂ ਸਿੰਘ ਜੀ ਖਲੌਰ ਆਪ ਸਭ ਨੂੰ ਸੱਦਾ ਪੱਤਰ ਦੇ ਰਿਹਾ ਹੈ 16 ਤੇ 17 ਮਾਰਚ ਜਿਹੜੀ ਉਹ ਬਨੂੜ ਦੇ ਕੱਪ ਦੀ ਹੈ 17 ਤੇ 18 ਮਾਰਚ ਕੰਬਾਲੀ ਕੰਡਾਲਾ ਪਿੰਡ ਏਅਰਪੋਰਟ ਚੌਂਕ ਦੇ ਲਾਗੇ ਉੱਥੇ ਕਬੱਡੀ ਕੱਪ ਹੋਵੇਗਾ ਬਲਕਾਰ ਅਣਖਿਲੇ ਦਾ ਖੁੱਲਾ ਖਾੜਾ ਹਰਪ੍ਰੀਤ ਧਨੋਆ ਹਰਸ਼ ਬੈਂਸ ਗੁਰਜੀਤ ਗਿੱਲ ਉਹ ਵੀਰ ਸੱਦਾ ਪੱਤਰ ਦੇ ਰਹੇ ਉੱਥੇ ਵੀ ਪਹੁੰਚੋ ਜ਼ਰੂਰ 21 ਮਾਰਚ ਹੈ ਮਾੜੂ ਦੇ ਕਬੱਡੀ ਕੱਪ ਦੀ ਘਨੌਰ ਦੇ ਲਾਗੇ ਬਹੁਤ ਵੱਡਾ ਕੱਪ ਹੋਵੇਗਾ ਐਮਐਲਏ ਗੁਰਲਾਲ ਘਨੌਰ ਤੇ ਨਾਲ ਸਾਡਾ ਵੀਰ ਸਰਪੰਚ ਗੁਰਭੇਜ ਮਾੜੂ ਵਾਲਾ ਉਹਨਾਂ ਵੱਲੋਂ ਸੱਦੇ ਪੱਤਰ ਹੈ ਉੱਥੇ ਵੀ ਪਹੁੰਚੋ ਜ਼ਰੂਰ ਫਾਈਨਲ ਮੈਚ ਗਰਾਊਂਡ ਕਲੀਅਰ ਰੱਖਿਓ ਜੀ ਸਰ ਹੁਣ ਜਾ ਰਿਹਾ ਮੇਰੇ ਵੀਰੇ ਬਵਨ ਗੁੱਜਰ ਰਮਨ ਬਾਬਾ ਭਿੰਦਰ ਸਾਂਬਰ ਟੋਨੀ ਬਾਬਾ ਗੋਬਿੰਦਗੜ ਤੇ ਦਨੇਸ਼ਾ ਸਾਂਬਰ ਗਲੈਕਸੀ ਸਾਂਬਰ 400 ਰੁਪਏ ਹਰਸ ਦੇ 2 ਜਫਿਆਂ ਦੇ ਲੈ ਵੀ ਬਿੰਦਰਾ ਪਹਿਲੀ ਕਬੱਡੀ ਮਨਜੋਤ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਆਹ ਦੇਖੋ ਕਹਿੰਦੇ ਧਨੌਰੀ ਦੀ ਟੀਮ ਵੱਲੋਂ ਪਾ ਰਿਹਾ ਸਾਹਮਣੇ ਕਹਿੰਦੇ ਜਾਫਲਿਆਂ ਦੀ ਚੋਟੀ ਵੀ ਹੈ ਆਹ ਮੁੰਡਿਆਂ ਦੀਆਂ ਗੱਲਾਂ ਹੋਣ ਗਈਆਂ ਆਹ ਅਮਰਤਾ ਪ੍ਰਸਾਲਪੁਰੀਆ ਉਹ ਲਾ ਕੇ ਜੱਫਾ ਬੱਲੇ ਬੱਲੇ ਕਰਾ ਗਿਆ ਲੈ ਵੀ ਬਿੰਦਰ ਓਏ ਧਲੇਰਾਂ ਵਾਲਾ ਗੁਰੀ ਕਬੱਡੀ ਪਾ ਰਿਹਾ ਧਲੇਰ ਵਾਲਾ ਗੁਰੀ ਕਬੱਡੀ ਪਾ ਰਿਹਾ ਮੇਰੇ ਵੀਰੇ ਕਿ ਹੋਣ ਲੱਗਾ ਮੈਚ ਜਿਹਨੂੰ ਸਾਹਨਾ ਵਾਲਾ ਭੇੜ ਕਹਿੰਦੇ ਰੇਡਰਾਂ ਤੇ ਜਾਫੀਆਂ ਦਾ ਜਿਹਨੂੰ ਏੜ ਗੇੜ ਕਹਿੰਦੇ ਹਾਏ ਧਲੇਰ ਵਾਲਾ ਗੁਰੀ ਮੇਰੇ ਵੀਰ ਬੈਟ ਦਾ ਵਾਧਾ ਕਰਦਾ ਹੋਇਆ ਹੈ ਖਰੇਤੀ ਵਾਲੇ ਰਿੰਕੂ ਦੀਆਂ 3 ਰੇਡਾਂ ਇਸ ਗਰੁੱਪ ਵਾਲਿਆਂ ਵੱਲੋਂ 11,000 ਦੀਆਂ ਹੋਣਗੀਆਂ ਗੁਰਜੀਤ ਗੁੱਜਰ ਤੇ ਬਬਲੂ ਗੁੱਜਰ ਵੱਲੋਂ ਜਿਹੜਾ ਖਰੇਤੀ ਵਾਲੇ ਨੂੰ ਜੱਫਾ ਲਾਵੇ 5,000 ਦਿੱਤੇ ਜਾਣਗੇ ਉਹ 5,000 ਦਿੱਤੇ ਜਾਣਗੇ ਆਹ ਕਹਿੰਦੇ ਰਿੰਕੂ ਖਰੇਤੀ ਹੈ ਅੱਜ ਕਹਿੰਦੇ ਸੁਰੇਸ਼ ਬਲਬੇੜੇ ਨੇ ਸੱਦਿਆ ਆਹ ਰੇਡਰ ਨੂੰ ਆਹ ਦੇਖੋ ਨੰਬਰ ਦਾ ਵਾਧਾ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਮਾਨ ਸਿੰਘ ਬੁਲਟ ਕਬੱਡੀ ਪਾ ਰਿਹਾ ਕਿ ਪਿੰਡੀਆਂ ਕਬੱਡੀਆਂ ਨੇ ਚੜ ਚੜ ਕੇ ਉਹ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰ ਉਹਨੇ ਅੱਜ ਜਾਣਾ ਜਿੱਤ ਕੇ ਜਿਹਦੇ ਪੱਟਾਂ ਦੇ ਵਿੱਚ
ਜੋਰ ਮਿੱਤਰੋ ਉਹੀ ਅੱਜ ਜਾਓ ਜਿੱਤ ਕੇ ਲਾ ਮਾਛੀ ਬਾਣੀ ਦੀ ਧਰਤੀ ਦਾ ਮਨਜੀਤ ਮੇਰੇ ਵੀਰੋ ਕਬੱਡੀ ਭਾ ਰਿਹਾ ਹੈ ਪਰ ਸਾਹਮਣੇ ਇਸ ਵੇਲੇ ਗੱਗੀ ਹੈ ਬੱਲੇ ਦੀ ਧਰਤੀ ਦਾ ਮੇਰੇ ਵੀਰੋ ਬੈਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਕਰਵਿੰਦਰ ਪਿਆਰਾ ਮੰਨਵੀ ਸੁਣ ਦੇ ਸਪੀਕਰ ਖੜਕਦੇ ਹੈ ਇਹ ਵੀ ਕਰਵਿੰਦਰ ਹੁਣ ਖੋਲਦੇ ਸਪੀਕਰ ਫਾਈਨਲ ਮੈਚ ਚੱਲਦਾ ਹੈ ਪਤਾ ਲੱਗੇ ਵੀ ਗੋਬਿੰਦਗੜ੍ਹ ਦੇ ਵਿੱਚ ਥਾਰ ਥਾਰ ਹੁੰਦੀ ਹੈ ਥਾਰ ਥਾਰ ਹੁੰਦੀ ਹੈ ਥਾਰ ਥਾਰ ਹੁੰਦੀ ਹੈ ਆਏ ਬਣੀ ਸਮਾਣੇ ਵਾਲਾ ਮੇਰੇ ਵੀਰੋ ਰਿੰਕੋ ਖਰੇਤੀ ਨੂੰ ਜਿਹੜਾ ਖਿਡਾਰੀ ਤਿੰਨ ਜਫੇ ਲਾਵੇਗਾ ਗੁਰਜੀਤ ਗੁੱਜਰ ਤੇ ਬਿਬਲ ਗੁੱਜਰ ਵੱਲੋਂ 5000 ਦਿੱਤੇ ਜਾਣੇ ਆ ਆਰ ਐਸ ਗਰੁੱਪ ਵੱਲੋਂ ਤਿੰਨ ਰੇਡਾਂ 11000 ਦੀਆਂ ਉਹ ਤਿੰਨ ਰੇਡਾਂ 11000 ਦੀਆਂ ਉੱਧਰ ਇਹ ਕਹਿੰਦੇ ਅਰਸ਼ ਅਰਸ਼ ਤੇ ਰਿੰਕੂ ਓਏ ਟੱਕਰ ਸਿਰੇ ਦੀ ਬੱਲੇ 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 ਸਮਾਨ ਕਬੱਡੀ 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 ਓਏ ਕਬੱਡੀ 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 ਓਏ ਕਬੱਡੀ ਬੋਲੇ ਸੋਨਹਾ ਸ੍ਰੀ ਅਕਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਏ ਬਰਸਾਨਪੁਰੀ ਅਰਸ ਮੇਰੇ ਵੀਰੋ ਚੋਟੀ ਦਾ ਜਫਾ ਲਾ ਗਿਆ ਹੈ ਜੀਂਦ ਵਾਲੇ ਨੂੰ ਦਲੇਰ ਵਾਲਾ ਗੁਰੀ ਕਬੱਡੀ ਭਾ ਰਿਹਾ ਹੈ ਇੱਕ ਪਾਸੇ ਜਾ ਰਹੀ ਹੈ 3600 ਫੋੜ ਦਾ ਜੇਤੂ ਹੈ ਪਰ ਸਾਹਮਣੇ ਕੀ ਫੈਸਲੇ ਹੈ ਬੈਟ ਜਿਹੜਾ ਇਸ ਵੇਲੇ ਨੰਬਰ ਜਿਹੜਾ ਇਸ ਵੇਲੇ ਕਹਿੰਦੇ ਨੌਜਵਾਨ ਨੇ ਜੋੜ ਦਿੱਤਾ ਆਪਣੀ ਟੀਮ ਦੇ ਹਿੱਸੇ ਵਿੱਚ ਉਧਰ ਕਹਿੰਦੇ ਮਨਜੋਤ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਲੈ ਵੀ ਬਿੰਦਰਾ ਥੋੜਾ ਰੇਸ ਤੇ ਪੈਰ ਰੱਖੋ ਹੋਏ ਕੰਮ ਖਿੱਚ ਕੇ ਰੱਖਣਾ ਹੈ ਆਹ ਦੇਖੋ ਕਹਿੰਦੇ ਮਨ ਸਿੰਘ ਦੁਲਟ ਕਬੱਡੀ ਪਾ ਰਿਹਾ ਹੈ ਕਿ ਭੱਜਦਿਆਂ ਨੂੰ ਇੱਕੋ ਜਿਹੇ ਬਾਹਰ ਮਿੱਤਰੋ ਟੱਕਰਿਆ ਹਾਰਿਆਂ ਨੂੰ ਹਾਰ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਦਮ ਪੈ ਗਈ ਗੋਬਿੰਦ ਕਰਦੇ ਲਾਓ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਮਨਜੋਤ ਕਬੱਡੀ ਪਾ ਰਿਹਾ ਆਓ ਦੇਖੋ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਚ ਜੋੜਦਾ ਹੈ ਅਗਲੀ ਕਬੱਡੀ ਪਾਉਣੀ ਆ ਕਹਿੰਦੇ ਗੁਰੀ ਧਲੇਰ ਹੈ ਜ਼ਿਲ੍ਹੇ ਮਲੇਰਕੋਟਲੇ ਵਿੱਚ ਧਲੇਰ ਕਲਾ ਪਿੰਡ ਹੈ ਆਹ ਗੁਰੀ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਦਿੰਦੇ ਗੁੱਜੇ ਕਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਕਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਆਹ ਧਲੇਰਾਂ ਵਾਲਾ ਗੁਰੀ ਇਸ ਵੇਲੇ ਨੰਬਰ ਜੋੜਦਾ ਹੋਇਆ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਕਿ ਪਹਿਲਾਂ ਜਿਸਮ ਬਚਾਉਣਾ ਪੈਂਦਾ ਵਿੱਚ ਅੱਗ ਦੇ ਫਿਰ ਚਰਚੇ ਹੁੰਦੇ ਜਾ ਕੇ ਵਿੱਚ ਜੱਗ ਦੇ ਸੱਚ ਲਿਖਦਾ ਏ ਲੋਪੋ ਪਿੰਡ ਵਾਲਾ ਓਏ ਨਾ ਜੱਗ ਤੇ ਕਮਾਉਣਾ ਨਹੀਂ ਸਿਖਾਲਾ ਸੱਚ ਲਿਖਦਾ ਏ ਲੋਪੋ ਪਿੰਡ ਵਾਲਾ ਨਾ ਜੱਗ ਤੇ ਕਮਾਉਣਾ ਨਹੀਂ ਸਿਖਾਲਾ ਰੇਡ ਕਹਿੰਦੇ ਮਨਜੋਤ ਦੀ ਪੈ ਰਹੀ ਹੈ ਆਓ ਦੂਜੇ ਪਾਸੇ ਕਿ ਕਰਦਾ ਕਹਿਰ ਚੋਪੜਾ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਓਏ ਗੱਲ ਰਾਜੇ ਖੇਲੇ ਦੀ ਸਿੱਧੀ ਧੂਕ ਆਲਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕ ਆਲਜੇ ਪਾਉਂਦੀ ਸਦਨ ਗੁਜ਼ਰ ਤੇ ਰਾਮ ਬਾਬਾ ਇਹ ਵੀਰ ਕਹਿੰਦੇ ਅਰਸ਼ ਦੇ ਦੋ ਜੱਫੇ 600 ਦੇ ਹੋਣਗੇ 600 ਦੇ ਹੋਣਗੇ ਓਏ 600 ਦੇ ਜੱਫੇ ਹੋਣਗੇ ਬਾਈ ਜੀ ਗਰਾਊਂਡ ਕਲੀਅਰ ਕਰ ਦੋ ਕਿਹੜੇ ਵੀਰ ਦਾ ਕੋਈ ਕੰਮ ਨਹੀਂ ਗਰਾਊਂਡ ਤੋਂ ਬਾਹਰਲੇ ਪਾਸੇ ਵੀਰ ਬਣ ਕੇ ਉਧਰ ਕਹਿੰਦੇ ਓਏ ਰੇਡ ਗੁਰੀ ਦੀ ਮਰੀ ਮਰੀ ਧਨੌਰੀ ਵਾਲਾ ਆਓ ਦੇਖੋ ਗੁਰੀ ਸਾਹਮਣੇ 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 ਮੇਰੇ ਵੀਰ ਆਏ ਧਲੇਰ ਵਾਲਾ ਗੁਰੀ ਮੇਰੇ ਵੀਰ ਕਾਲਾ ਢੇਲ ਪਰ ਬਿੰਦਰ ਇੱਕ ਮਿੰਟ ਵੀਰੇ ਇੱਕ ਟੀਮ ਦੇ ਨਾਲ ਦੋ ਦੋ ਤਿੰਨ ਤਿੰਨ ਕੋਚ ਨੇ ਗਰਾਊਂਡ ਦੇ ਵਿੱਚੋਂ ਵੀਰ ਬਣ ਕੇ ਆਮ ਕਮੇਟੀ ਵਾਲੇ ਵੀਰ ਕਹਿੰਦੇ ਅਸੀਂ ਬਾਹ ਤੋਂ ਫੜ ਕੇ ਬਾਹਰ ਕੱਢਾਂਗੇ ਬਾਅਦ ਚ ਨਾ ਬੇਇੱਜ਼ਤੀ ਮਹਿਸੂਸ ਕਰਿਓ ਇੱਕ ਟੀਮ ਦੇ ਨਾਲ ਸਿਰਫ ਇੱਕ
ਬੰਦਾ ਗਰਾਊਂਡ 'ਚ ਰਵੇ। ਇਹ ਬੇਨਤੀ ਹੈ ਦਰਸ਼ਕ ਵੀਰ, ਬਾਹਰੋਂ ਮੈਚਾਂ ਦਾ ਆਨੰਦ ਮਾਣਨ ਆਏ ਹੈ। ਜਿਹੜਾ 11,000 ਰੀਕੂ ਦਾ ਲੱਗਿਆ ਵੀਰ ਜੀ, ਉਹ ਪਾਉਂਦਾ ਕਰ ਦਿਓ। ਜਿਹੜੇ ਵੀਰ ਨੇ 11,000 ਬੋਲਿਆ ਰੀਕੂ ਖਰੈਟੀ ਦਾ 11,000। ਗੱਗੀ ਇੱਧਰ ਆ ਜਾ, ਗੱਗੇ ਇੱਧਰ ਆ ਜਾਓ ਵੀਰ ਬਣ ਕੇ। ਵੀਰ ਜੀ ਆਹ ਬਰਸਾਲਪੁਰ ਵਾਲਿਆਂ ਨੂੰ ਮੈਂ ਬੇਨਤੀ ਕਰਦਾ, ਧਨੌਰੀ ਵਾਲਿਆਂ ਨੂੰ ਵੀ, ਵੀਰ ਬਣ ਕੇ ਇੱਕ ਇੱਕ ਬੰਦਾ ਨਾਲ ਹੋਵੇ, ਕਿਰਪਾ ਕਰਕੇ ਬੇਨਤੀ ਹੱਥ ਬਣ ਕੇ, ਮੈਚਾਂ ਦਾ ਆਪਾਂ ਆਨੰਦ ਮਾਣਨਾ। ਓਏ ਬਿੰਦਰ, ਰਿਕੂ ਖਰੈਟੀ ਵਾਲਾ, ਖਰੈਟੀ ਵਾਲਾ ਆ ਗਿਆ, ਖਰੈਟੀ ਵਾਲਾ ਆ ਗਿਆ। ਗੁਰਜੀਤ ਗੁੱਜਰ ਵੱਲੋਂ ਗੁੱਜਰ ਕਹਿੰਦੇ 5,000 ਦੇਵਾਂਗੇ, ਜਿਹੜਾ ਇਹਨੂੰ 3 ਜਫੇ ਲਾਵੇਗਾ ਅਸੀਂ 2 ਜਫੇ ਪਵਨ ਕਹਿੰਦਾ। ਪ੍ਰਧਾਨ ਬਾਈ ਹੋਰ ਮੁਬਾਰਕਾਂ ਨੇ, ਰਵੀ ਬਾਜਵੇ ਹੋਰਾਂ ਨੇ 6 ਮਹੀਨੇ ਤੋਂ ਲਗਾਤਾਰ ਮਿਹਨਤ ਕੀਤੀ ਹੈ ਬਾਈ ਬਵਨ ਹੋਰਾਂ ਨੇ ਆਹ ਕਬੱਡੀ ਕੱਪ ਕਰਾਉਣ ਦੇ ਲਈ। ਆਹ ਮਾਛੀ ਵਾਲੇ ਵਾਲਾ ਕਬੱਡੀ ਪਾਉਂਦਾ ਹੈ ਬਰਸਾਲਪੁਰ ਵਾਲੇ, ਤੇਰਾ ਨਾਮ ਵੱਡਾ ਬੱਲੇ ਵਾਲਾ, ਬੱਲੇ ਵਾਲਾ, ਬੱਲੇ ਵਾਲਾ ਗੱਗੀ ਹੈ। ਪਰ ਨੰਬਰ ਫੀਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਕਮਾਨ ਸਾਹਿਬ। ਆਓ ਸਾਹਮਣੇ ਧਲੇਰ ਵਾਲਾ ਗੁਰੀ ਆ ਗਿਆ, ਲਓ ਗੁਰੀ ਕਹਿੰਦੇ ਧਲੇਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਐਨ ਕਹਿੰਦੇ ਰੇਡਾ ਜੱਫਿਆ ਤੇ ਮਾਇਆ ਲੱਗੀ ਜਾ ਰਹੀ ਹੈ, ਉਹ ਮਾਇਆ ਲੱਗੀ ਜਾ ਰਹੀ ਹੈ। ਜਾਫੀ 4 ਹੈ, ਮੈਂ ਵੀ ਗੋਪੀ ਮਾਨ ਕੀ ਵਾਲਿਆ, ਉਹ ਤੇਰੀ ਵੀ ਦੁਨੀਆ ਦਵਾਨੀ ਹੈ, ਦੁਨੀਆ ਦਵਾਨੀ ਹੈ। ਉਹ ਤੇਰੇ ਕਹਿੰਦੇ ਓਏ ਜੱਫੇ ਤੇ ਜੱਫਾ, ਜੱਫੇ ਤੇ ਜੱਫਾ, ਜੱਫੇ ਤੇ ਜੱਫਾ ਮੇਰੇ ਮਿੱਤਰੋ, ਕਿ ਅਜੇ ਤਿਆਰ ਮੈਦਾਨ ਦੇ ਵਿੱਚ ਹੈ, ਕੁਝ ਵੀ ਹੋ ਸਕਦਾ ਹੈ। ਅਜੇ ਤੇ ਤੀਰ ਕਮਾਨ ਦੇ ਵਿੱਚ ਹੈ, ਕੁਝ ਵੀ ਹੋ ਸਕਦਾ ਹੈ। ਰਾਮ ਬਾਬਾ, ਭਿੰਦਰ ਬਾਬਾ, ਟੋਨੀ ਬਾਬਾ, ਦਿਨੇਸ਼ ਸਾਂਬਰ, ਗਲੈਕਸੀ ਸਾਂਬਰ ਤੇ ਫਵਨ ਬਾਬਾ, ਅਸ ਦੇ 2 ਜਫੇ 400 ਦੇ ਹੋਣਗੇ, ਇੱਕ ਲੱਗ ਚੁੱਕਿਆ, ਇੱਕ ਬਾਕੀ ਹੈ। ਆ ਰੇਡ ਜੀਨ ਵਾਲੇ ਵੀ ਅਰਸ਼ 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 ਬਰਸਾਲ ਪ੍ਰਿਆ ਜੱਫਾ ਲਾ ਗਿਆ, ਆਓ ਜੱਫਾ ਲਾ ਗਿਆ ਬਰਸਾਲ ਪ੍ਰਿਆ। ਭਾਈ ਜੇ ਮੈਚ ਬੜੀਆ ਲੱਗਦਾ, ਇੱਕ ਤਾੜੀ ਕਬੱਡੀ ਦੇ ਨਾਂ ਤੇ ਮੇਲਾ ਬਣ ਗਿਆ, ਮੇਲਾ ਬਣ ਗਿਆ, ਮੇਲਾ ਬਣ ਗਿਆ ਸਾਹਮਣੇ। ਆਏ ਮੇਰੇ ਵੀਰ ਮਾਨ ਸਿੰਘ ਤੁਲਟ ਤਿੜਵੇ ਦੀ ਧਰਤੀ ਦਾ ਇਸ ਵੇਲੇ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ। ਮਾਛੀ ਵਾਲੇ ਵਾਲਾ ਫੇਰ ਕਬੱਡੀ ਕਬੱਡੀ ਕਰਦਾ ਹੋਇਆ ਹੈ, ਖੇਡ ਗਰਾਊਂਡ ਦੇ ਵਿੱਚ ਵਾਅਦਾ ਹੋਇਆ ਹੈ। 4 ਜਾਫੀਆਂ ਦੇ ਉੱਤੇ ਬੁੱਕਦਾ ਫਿਰਦਾ, ਬੁੱਕਦਾ ਫਿਰਦਾ ਹੈ। ਅੱਜ ਫੋੜ ਕਿੱਧਰ ਨੂੰ ਜਾਣਗੇ, ਫੋੜ ਕਿੱਧਰ ਨੂੰ ਜਾਣਗੇ, ਇਹਦੇ ਸਮਾਂ ਦੱਸੂਗਾ ਪਹਿਲੂ ਬਰਸਾਲਪੁਰੀ ਹੈ। ਨਾਲ ਕਹਿੰਦੇ ਗੱਗੀ ਹੈ ਮੱਲੇ ਦੀ ਧਰਤੀ ਦਾ, ਆਏ ਬਰਸਾਲਪੁਰੀ ਹੈ ਪਹਿਲੂ। 2.5-2.5 ਲੱਖ ਦੇ ਜੱਫੇ ਲਾਉਣ ਵਾਲਾ ਮੇਰੇ ਵੀਰ, ਪਰ ਸਾਹਮਣੇ ਪੈਟਰੇਟਰ ਦੇ ਹਿੱਸੇ ਦੇ ਵਿੱਚ ਜਿਹੜਾ ਆਇਆ ਘਮਾਣਾ ਵਾਲਿਆ, ਚੱਕ ਲਾ ਮੈਕ। ਓਏ ਗੁਰੀ ਧਲੇਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਰਵੀ ਬਾਜਵਾ, ਮੀਤ ਗੁੱਜਰ ਕਹਿੰਦਾ ਵੀ ਜਿਹੜਾ ਜਾਫੀ ਰਿਕੂ ਖਰੈਟੀ ਨੂੰ ਆਹ ਮੈਚ ਦੇ ਵਿੱਚ 3 ਜੱਫੇ ਲਾਊ, 5,000 ਦੇਣਾ। ਓਏ 5,000 ਦੇਣਾ ਜਿਹੜਾ ਰਿਕੂ ਖਰੈਟੀ ਨੂੰ ਆਹ ਮੈਚ ਦੇ ਵਿੱਚ ਜਾਫੀ ਜੱਫਾ ਲਊ, ਮੀਤ ਗੁੱਜਰ ਤੇ ਰਵੀ ਬਾਜਵਾ ਕਹਿੰਦਾ 5,000 ਦੇਵਾਂਗੇ। ਆ ਮਨਜੋਤ ਹੈ ਮਾਛੀਵਾੜਾ ਸਾਹਿਬ ਦੀ ਧਰਤੀ, ਆ ਪਿਆਰ ਹੈ ਕਿਵੇਂ ਤੀਰਥ ਟਵਾਲ ਨਿਊਜ਼ੀਲੈਂਡ ਵਾਲੇ ਦੇ ਨਾਲ। ਪਰ ਸਾਹਮਣੇ ਲੈ ਵੀ ਗੱਗੀ ਮੱਲਿਆ ਵਾਲਿਆ, ਓਏ ਬੈਸਟਾਂ ਨੂੰ ਫੋੜ ਦਿੱਤੇ ਜਾਣੇ, ਫਾੜ ਦਿੱਤੇ ਜਾਣੇ ਆ, ਫਾੜ ਦਿੱਤੇ।
ਆਉਂਦੇ ਜਾ ਰਹੇ ਆ ਸਾਹਮਣੇ ਮਾਛੀ ਬਣਾ ਮਾਛੀ ਬਣਾ ਆਓ ਗੱਗੀ 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 ਬੱਲੇ ਵਾਲਾ ਪਰ ਸਾਹਮਣੇ ਆਓ ਸਾਹਮਣੇ ਪਰ ਜੋਤ ਹੈ ਮੇਰੇ ਵੀਰੇ ਬੈਠ ਦਾ ਵਾਅਦਾ ਕਰਦਾ ਹੋਇਆ ਸਾਡੀ ਟੀਮ ਦੇ ਹਿੱਸੇ ਦੇ ਵਿੱਚ ਧਲੇਰਾ ਵਾਲਾ ਗੁਰੀ ਫੇਰ ਵਾਅਦਾ ਹੋਇਆ ਤੇ ਬੋਲ ਅਮਰੀਕ ਦੇ ਆਓ ਧਲੇਰ ਵਾਲੇ ਗੁਰੀ ਜੀ ਕਹਿੰਦੇ ਕਬੱਡੀ ਪੈ ਰਹੀ ਹੈ ਰੇਡਾਂ ਪੈਂਦੀਆਂ ਜਿੱਥੇ ਲੱਗਦੇ ਆ ਓਏ ਮੇਲਾ ਚੋਟੀ ਦਾ ਆ ਗੋਪੀ ਹੈ ਮਾਨਕੀ ਵਾਲਾ ਆ ਗੋਪੀ ਹੈ ਮਾਨਕੀ ਵਾਲਾ ਪਰ ਨੰਬਰ ਕਹਿੰਦੇ ਰੇਡਰ ਦੇ ਸੇ ਜੁੜਦਾ ਆਇਆ ਦਰਸ਼ਕ ਵੀਰੋ ਜਿਹੜੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਮੇਲਾ ਵਧੀਆ ਲੱਗਿਆ ਇੱਕ ਵਾਰੀ ਦਿਲੋਂ ਤਾੜੀਆਂ ਮਾਰ ਦੋ ਆਹ ਤਾੜੀਆਂ ਮਾਰਦੀਆਂ ਲੈ ਵੀ ਪੀਤ ਬਾਈ ਹੋਰ ਰਵੀ ਬਾਈ ਮੁਬਾਰਕਬਾਦ ਹੈ ਉਧਰ ਕਹਿੰਦੇ ਕੋਡੀ ਵਾਲੇ ਕੋਡੀ ਵਾਲੇ ਹੋਏ ਕੋਡੀ ਵਾਲੇ ਸਾਨ ਭਿੜ ਪਏ ਹੋਏ ਕੋਡੀ ਵਾਲੇ ਭਿੜਦੇ ਆ ਕੋਡੀ ਵਾਲੇ ਭਿੜਦੇ ਆ ਧਵਨ ਗੁੱਜਰ ਕਹਿੰਦਾ 3600 ਫਾੜ ਦੇ ਰਹੇ ਆ 3600 ਫਾੜ ਦੇ ਰਹੇ ਆ ਮੇਰੇ ਵੀਰ ਰੇਡ ਕੌਣ ਪਾਵੇਗਾ ਨੈਬ ਚੌਧਰੀ ਵੱਲੋਂ 1,00,000 ਰੁਪਏ ਸਾਡੇ ਕਬੱਡੀ ਕੱਪ ਦੇ ਦਿੱਤਾ ਧਲੇਰ ਵਾਲਾ ਗੁਰੀ ਮੇਰੇ ਵੀਰ ਕਬੱਡੀ ਕਬੱਡੀ ਕਰਦਾ ਹੋਇਆ ਵਿਰੋਧੀਆਂ ਦੇ ਪਾਲੇ ਦੇ ਵਿੱਚ ਹੈ ਚਾਰ ਜਾਫੀ ਆਓ ਸਾਹਮਣੇ ਵੇਖੋ ਇਸ ਵੇਲੇ ਟੱਕਰ 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 ਭੱਜ ਲੈ ਓਏ ਧਲੇਰਾ ਵਾਲਿਆ ਓਏ ਭੱਜਣ ਦੀ ਕਰਿਆ ਕਰ ਓਏ ਧਲੇਰਾ ਵਾਲਿਆ ਭੱਜਣ ਦੀ ਕਰਿਆ ਕਰ ਓਏ ਧਨੌਰੀ ਵਾਲੇ ਚੋਟੀ ਦੀ ਟੀਮ ਲੈ ਕੇ ਆਏ ਹੈ ਆਹ ਮਨਜੋਤ ਕਬੱਡੀ ਪਾ ਰਿਹਾ ਹੈ ਮਾਛੀਵਾੜਾ ਸਾਹਿਬ ਪਿੰਡ ਹੈ ਆਓ ਜਾਫੀ ਚਾਰ ਹੈ ਲੈ ਵੀ ਅੰਮ੍ਰਿਤ ਓਏ ਕਹਿੰਦੇ ਅਰਸ਼ ਨੂੰ ਜੇ ਫੋੜ ਜਿੱਤਣਾ ਓਏ ਜੱਫੇ ਲਾਉਣੇ ਪੈਣਗੇ ਆਹ ਅੰਮ੍ਰਿਤ ਪ੍ਰਸਾਦ ਪ੍ਰਿਆ ਗੁੱਟ ਨੂੰ ਫੜ ਕੇ ਕੈਂਚੀ ਲਾ ਗਿਆ ਹੈ ਕਿ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਲੈ ਜਾਂਦਾ ਏ ਖਿੱਚ ਕੇ ਪਾਲੇ ਤੋਂ ਬਾਹਰ ਸੋਹਣਿਆ ਕੈਂਚੀ ਉਧਰਲੇ ਪਾਸੇ ਜਾ ਰਹੀ ਏ ਬਾਣ ਫੜ ਲਿਆ ਬਾਣ ਫੜ ਲਿਆ ਬਾਣ ਫੜ ਲਿਆ ਉਲਟ ਫੜ ਲਿਆ ਕਾਲਾ ਬਠਲਾਣਾ ਮਨਾ ਬਠਲਾਣਾ ਕਾਚੂ ਬਠਲਾਣਾ ਮਾਥੂ ਬਠਲਾਣਾ ਗਿਆਨੀ ਬਠਲਾਣਾ ਤੇ ਪਾਲਾ ਬਠਲਾਣਾ ਇਹਨਾਂ ਦਾ ਪਿਆਰ ਹੈ ਕਹਿੰਦੇ ਮੀਤ ਗੁੱਜਰ ਉਹਨਾਂ ਦੇ ਨਾਲ ਰਵੀ ਗੁੱਜਰ ਉਹਨਾਂ ਦੇ ਨਾਲ ਮੀਤ ਕਹਿੰਦਾ ਵੀ ਰਵੀ ਬਾਜਵੇ ਦਾ ਠੋਕ ਵਜਾ ਕੇ ਧੰਨਵਾਦ ਕਰ ਦਿਓ ਵੀ ਵੀਰ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਕਿਉਂਕਿ ਕਈ ਪੁੱਤਰ ਮਾਪਿਆਂ ਨੇ ਯਾਰੀਆਂ ਪਗਾਉਣ ਲਈ ਜੰਮੇ ਹੁੰਦੇ ਆ ਰਵੀ ਮੀਤ ਕਈ ਪੁੱਤ ਮਾਪਿਆਂ ਨੇ ਯਾਰੀਆਂ ਪਗਾਉਣ ਲਈ ਕੰਬੇ ਹੁੰਦੇ ਆ ਉਹ ਗੱਲ ਕਹਿੰਦੇ ਰਵੀ ਬਾਜਵੇ ਦੇ ਢੁੱਕਦੀ ਹੈ ਰਵੀ ਬਾਜਵੇ ਦੀ ਯਾਰੀ ਹੈ ਕਹਿੰਦੇ ਮੀਤ ਗੁੱਜਰ ਦੇ ਨਾਲ ਕਿ ਸਾਨੂੰ ਫਕਰ ਦੋਸਤਾਂ ਤੇ ਤਾਂਹੀਓ ਹੋਣ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਪਰ ਸਾਹਮਣੇ ਧਲੇਰ ਵਾਲਾ ਅੱਜ ਬਰਸਾਲਪੁਰੀਆਂ ਨੇ ਸੱਦਿਆ ਹਾਏ ਧਲੇਰ ਵਾਲਾ ਗੁਰੀ ਮੇਰੇ ਵੀਰ ਬੈਂਟ ਜੋੜਦਾ ਹੋਇਆ ਮਾਛੀ ਵਾੜੇ ਦਾ ਮਨਜੋਤ ਫਿਰ ਵਾਧਾ ਹੋਇਆ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੇ ਵੀਰ ਚਾਰ ਜਾਫੀ ਹੈ ਸਾਹਮਣੇ ਖੜੇ ਹੈ ਹਰਸ਼ ਬਰਸਾਲਪੁਰੀ ਹੈ ਬੱਲੇ ਵਾਲਾ ਖੱਗੀ ਹੈ ਅੰਮ੍ਰਿਤ ਵਰਗੇ ਢੇਲੂ ਹੈ ਆਹ ਬਰਸਾਲਪੁਰੀ ਆ ਹਰਸ਼ ਕੋਡੀ ਵਾਲੇ ਕੋਡੀ ਵਾਲੇ ਕੋਡੀ ਵਾਲੇ ਕੋਡੀ ਵਾਲੇ ਕਿ ਟੱਕਰ ਹੋ ਗਈ ਸਾਨਾਂ ਦੀ ਓਏ ਖੜ ਕੇ ਦੇਖੂ ਕੁੱਲ ਜਮਾਨਾ ਓਏ ਕਾਪੋਈਓ ਜਿੱਤਣਗੇ ਟੋਲਿਆ ਪੱਟਾਂ ਦੇ ਵਿੱਚ ਜਾਨਾ ਕਾਪੋਈਓ ਜਿੱਤਣਗੇ ਜਿਨ੍ਹਾਂ ਦੇ ਟੋਲਿਆ ਪੱਟਾਂ ਦੇ ਵਿੱਚ ਜਾਨਾ
ਜਿੱਦਾਂ ਖੋਸੇ ਗੋਡਲੇ ਵਾਲਾ ਕਹਿੰਦਾ ਹੁੰਦਾ ਨਾ ਵੀ ਰੇਡਰ ਗੋਡਿਆਂ ਤੇ ਹੀ ਜਾਣੇ ਹੈ, ਆਹ ਰੇਡਰ ਗੋਡਿਆਂ ਤੇ ਹੀ ਜਾਂਦੇ ਹੈ, ਮੈਚ ਤਕੜਾ ਲੈ ਵੀ ਬਿੰਦਰਾ ਓਏ ਫੋੜ ਕਿਸੇ ਗੱਲੋਂ ਹੀ ਦੇਣੇ ਕਿਸੇ ਗੱਲ ਨਹੀਂ ਦੇਣੇ ਹੈ, ਮਿੱਤਰਾਂ ਨੇ ਮਾਰਨੀ ਹੈ ਕੀ ਦੱਸਣੀ ਬਾਰੇ ਨਾ ਫੜਕ ਫੋਕੀ ਮਿੱਤਰਾਂ ਦਾ ਫੋੜ ਕਦੇ ਲਾ ਉਸ ਸਾਹਮਣੇ ਬਣੀ ਕਬੱਡੀ ਮਾਰਿਆ ਮਨਜੋਤ ਮਾਛੇਵਾੜੀ ਦੀਆਂ ਤਿੰਨ ਰੇਡਾਂ 5000 ਦੀਆਂ ਕਿਹਦੇ ਵੱਲੋਂ ਹੈ ਜੀ ਨੈਬ ਚੌਧਰੀ ਜਸਵੀਰ ਚੌਧਰੀ ਵੱਲੋਂ ਜਸਵੀਰ ਕਟਾਰੀਆ ਵੀਰ ਜੀ ਮਾਇਆ ਨਾਲ ਦੀ ਨਾਲ ਇੱਕ ਇੱਕ ਪਲੇਅਰ ਚਾਹੇ ਆਪਣਾ ਬੰਦਾ ਇੱਕ ਇੱਕ ਭੇਜੋ ਨਾਲ ਦੀ ਨਾਲ ਫੜੀ ਜਾਇਓ ਮਾਇਆ ਪਠਲਾਣਾ ਨੈਬ ਚੌਧਰੀ ਨੇ ਵੀਰੇ ਵੱਲੋਂ 5000 ਵਿਜੋਤ ਦੀਆਂ ਰੇਡਾਂ ਹੋਣ ਗਈਆਂ ਭੋਲਾ 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 ਤੇ ਅਮਰਤ ਬੱਲੇ 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 ਸਵਾਦ ਕਬੱਡੀ 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 ਓਏ ਕਵਿੰਦ ਗੜਾ ਓਏ ਬਾਈ ਆਂਦਾ ਸਵਾਦ ਬੱਲੇ ਬੱਲੇ ਹੋਈ ਜਾਂਦੀ ਹੈ ਉਧਰ ਸੁਲਤਾਨ ਸਿੰਘ ਬਾਠ ਚੌਨ ਬਾਠ ਗੁਰਪ੍ਰੀਤ ਬਾਠ ਕਾਕਾ ਸਰਪੰਚ ਖਾਨਪੁਰ ਗੋਪੀ ਸਰਪੰਚ ਬੋਲੜੀ ਮਨਿੰਦਰ ਬਾਠ ਦੀਪ ਬਾਠ ਰਾਹੁਲ ਬਾਠ ਸਾਹਿਲ ਪ੍ਰੀਤ ਪਟਿਆਲਾ ਪੀਪੀ ਮਨਪ੍ਰੀਤ ਆਜ਼ਾਦ ਧੰਨਵਾਦ ਇਹਨਾਂ ਵੀਰਾਂ ਦਾ ਓਏ ਕਕਰਾਲੇ ਭਾਈ ਕੇ ਪਿੰਡ ਦੇ ਰਾਜ ਨੇ ਫੈਸਲੇ ਕਰਤੇ ਕੇ ਨੰਬਰ ਰੇਡਰ ਦੇ ਇਸੇ ਜੁੜਦਾ ਆਇਆ ਰਿਵਿਊ ਦੀ ਮੰਗ ਹੈ ਮੈਚ ਚੋਟੀ ਦਾ ਚੋਟੀ ਦਾ ਹੈ ਵੀ ਅਮਰੀਕ ਦਵਨ ਗੁੱਜਰ ਕਹਿੰਦਾ ਵੀ ਅਗਲੇ ਸਾਲ ਜੋ ਮਰਜ਼ੀ ਰੱਖ ਦਿਓ ਬੈਸਟਾਂ ਨੂੰ ਖੁੱਲੇ ਖਾਤੇ ਰੱਖੇ ਯਾਰ ਜਾਂ ਪਗਾਉਣ ਨੂੰ ਮਰੂ ਮਰੂ ਕਰਕੇ ਨੀ ਟਾਈਮ ਲੰਘਦੇ ਬਾਈ ਕਹਿੰਦਾ ਜੋ ਮਰਜ਼ੀ ਰੱਖਿਓ ਸੇਵਾ ਸਿਰ ਮੱਥੇ ਹੈ ਰਿਵਿਊ ਦੇਖ ਲਿਓ ਜੀ ਉਧਰ ਗੁਰਪ੍ਰੀਤ ਖਾਨਪੁਰ ਬੰਗਰ ਪਿੰਡ ਹੈ ਵੀਰ ਦਾ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਉਹ ਵੀਰ ਨੇ ਸਾਲ 51000 ਦਿੱਤਾ ਹੈ ਮੀਤ ਉਹਨਾਂ ਨੂੰ ਪ੍ਰੋਮਿਸ ਕੀਤਾ ਹੈ ਵਾਅਦਾ ਕੀਤਾ ਅਗਲੇ ਸਾਲ ਰਵੀ ਬਾਜਵੇ ਵੀ ਅਗਲੇ ਸਾਲ ਗੁਰਪ੍ਰੀਤ ਆਸਟ੍ਰੇਲੀਆ ਖਾਨਪੁਰ ਵਾਲੇ ਵੱਲੋਂ 1,00,000 ਦਿੱਤਾ ਜਾਵੇਗਾ ਇਹ ਪਿਆਰ ਹੈ ਨਾ ਵੀਰਾਂ ਦਾ ਨੰਬਰਾਂ ਦਾ ਥੋੜਾ ਰੌਲਾ ਗੋਲ ਹੈ ਲੈ ਵੀ ਬਿੰਦਰ ਕੌਡੀ ਪਵਾ ਦੋ ਰਿਵਿਊ ਦੇਖ ਲਾਂਗੇ ਕੌਡੀ ਪਵਾ ਦੋ ਵੱਡਾ ਮੈਚ ਹੈ ਵੱਡਾ ਮੇਲਾ ਗੋਬਿੰਦਗੜ੍ਹ ਦਾ ਪਹਿਲਾ ਕਬੱਡੀ ਕੱਪ ਹੈ ਘੁਮਾਣੇ ਵਾਲਿਆ ਪਰ ਲੱਗਦਾ ਵੀ ਕਹਿੰਦੇ ਵੀ 6-7 ਕਬੱਡੀ ਕੱਪ ਹੋਵੇ ਲੈ ਵੀ ਮੈਚ ਚੋਟੀ ਦਾ ਜਦੋਂ ਖੜਤਾ ਹੀ ਪੈ ਜਾਣਦਾ ਆ ਫਿਰ ਉਦੋਂ ਗੱਲ ਉੱਠਦੀ ਹੈ ਜਦੋਂ ਬਰਾਬਰਦਿਆਂ ਨੂੰ ਬਰਾਬਰ ਦੇ ਟੱਕਰੇ ਹੋਣ ਆ ਬਰਾਬਰਦਿਆਂ ਨੂੰ ਬਰਾਬਰ ਦੇ ਟੱਕਰੇ ਹੋਣ ਓਏ ਮਨਜੋਤ ਕਬੱਡੀ ਭਾ ਰਿਹਾ ਅਰਸ਼ ਤਿਆਰ ਹੈ ਭੇਲੂ ਤਿਆਰ ਹੈ ਹੁਣ ਕਹਿੰਦੇ ਮੱਲੇ ਵਾਲਾ ਗੱਗੀ ਆਓ ਦੇਖੋ ਮਨਜੋਤ ਭੱਜ ਗਿਆ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਆ ਮਨਜੋਤ ਕਹਿੰਦੇ ਨੰਬਰ ਦਾ ਵਾਧਾ ਕਰ ਗਿਆ ਮੈਂ ਵੀ ਬਿੰਦਰ ਗੁਰੀ ਆ ਗਿਆ ਧਲੇਰ ਵਾਲਾ ਧਲੇਰ ਵਾਲਾ ਗੁਰੀ ਮੇਰੇ ਵੀਰੇ ਕਬੱਡੀ ਪਾਲੀ ਵਧਿਆ ਹੋਇਆ ਹੈ ਚਾਰ ਜਾਫੀ ਹੈ ਸਾਹਮਣੇ ਬਣੀ ਧਨੌਰੀ ਦਾ ਪਰ ਟੱਕਰ ਕਹਿੰਦੇ ਇੱਕ ਦੇ ਨਾਲ ਧਲੇਰ ਵਾਲਾ ਗੁਰੀ ਅੱਜ ਕਹਿੰਦੇ ਆਈ ਦੇ ਆਏ ਹੋਏ ਹੈ ਆਓ ਸਾਹਮਣੇ ਭੰਗੜੇ ਪੈਂਦੇ ਹੈ ਪੈਂਦੇ ਬਿਨਾਂ ਢੋਲ ਤੋਂ ਭੰਗੜੇ ਭੰਗੜੇ ਵੇਂਦੀ ਖੜ ਖੜ ਕੇ ਮੈਚ ਕਹਿੰਦੇ ਲਾਗੇ ਹੀ ਲੱਗਿਆ ਹੋਇਆ ਆਖਰੀ ਪਰਾਂ ਤੇ ਹੈ ਪਰ ਨੰਬਰ ਜਿਹੜਾ ਹੋਲਡ ਵਾਲਾ ਹੈ ਰਾਜ ਬਾਈ ਕਿੱਦਾਂ ਮੈਚ ਅਜੇ ਰਹਿੰਦਾ ਹੈ ਸਮਾਪਤ ਹੈ ਮੈਚ ਸਮਾਪਤ ਹੈ ਲੈ ਵੀ ਅਮਨ ਬਾਈ ਦੱਸੋ ਨੰਬਰ ਕਿੰਨੇ ਕਿੰਨੇ ਹੈ ਕੌਣ ਬੈਸਟ ਨੇ ਮੈਚ ਜਿਹੜਾ ਸਮਾਪਤ ਹੈ ਹੋਲਡ ਹੈ ਪੁਆਇੰਟ ਹੋਲਡ ਹੈ ਪੁਆਇੰਟ ਜੀ ਮੈਨੂੰ ਲੱਗਦਾ ਆਰ ਐਸ ਗਰੁੱਪ ਖਰੜ ਰਾਜੂ ਸਾਂਬਰ
ਰਮਨਾ ਜਲਾਲ ਬੋਨਾ ਐਮਸੀ ਖਰੜ ਸੰਦੀਪ ਬਾਠ ਆਰਐਸ ਗਰੁੱਪ ਜਿਹੜਾ ਇੱਕ ਮਿੰਟ ਵੀਰੇ ਜਿਹੜਾ ਹੋਲਡ ਵਾਲਾ ਨੰਬਰ ਹੈ ਉਹ ਪ੍ਰਸਾਰਪੁਰ ਦੀ ਟੀਮ ਨੂੰ ਦਿੱਤਾ ਗਿਆ ਰਿਜ਼ਲਟ ਦੱਸ ਦਿਓ ਜੀ ਸਾਰੇ ਦਰਸ਼ਕ ਵੀਰਾਂ ਦਾ ਮੀਤ ਗੁੱਜਰ ਰਵੀ ਬਾਜਵਾਰਾਂ ਦੀ ਸਾਰੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਬਵਨ ਗੁੱਜਰੂ ਜੀ ਕਹਿੰਦੇ ਆ ਸਾਡਾ ਵੀਰ ਬਾਈ ਰਣਜੀਤ ਪੁੱਜਿਆ ਹੋਇਆ ਭਗੜਾਣੇ ਵਾਲਾ 9-10 ਅਪ੍ਰੈਲ ਭਗੜਾਣੇ ਦੇ ਕਬੱਡੀ ਕੱਪ ਦੀ ਹੈ ਉੱਥੇ ਵੀ ਬੈਸਟਾਂ ਨੂੰ ਫੋੜ ਹੈ ਜ਼ਰੂਰ ਪਹੁੰਚਿਓ ਵਿੱਕੀ ਚੁੰਨੀ ਤੇ ਨਾਲ ਸਾਡਾ ਵੀਰ ਹਰਦਮ ਉੱਪਲ ਦਾ ਵੀ ਧੰਨਵਾਦ ਆ ਦੱਸੋ ਜੀ ਰਿਜ਼ਲਟ ਕੀ ਹੈ ਕੌਣ ਬੈਸਟ ਨੇ ਅੱਜ ਦੇ ਕਬੱਡੀ ਕੱਪ ਦੇ ਉਧਰ ਸਰਪੰਚ ਸਾਹਿਬ ਟੋਡਰ ਮਾਜਰਾ ਮੱਕੜਿਆਂ ਸਰਪੰਚ ਸਾਹਿਬ ਗੁਰਜੰਟ ਸਿੰਘ ਬਾਈ ਜੀ ਸੁੱਖਾ ਬਾਈ ਜੀ ਟੋਨੀ ਬਾਈ ਜੀ ਟੋਡਰ ਮਾਜਰਾ ਸੋ ਉਹਨਾਂ ਦਾ ਵੀ ਪਹੁੰਚਣ ਤੇ ਅਮਨ ਸਵਾਗਤ ਅਮਨ ਕੁੱਲੇ ਵਾਲਿਆ ਵੀਰ ਆਵੇ ਸਾਡੇ ਕੋਲ ਇੱਧਰ ਰਿਜ਼ਲਟ ਦੱਸ ਦਿਓ ਵੀਰੇ ਅਮਨ ਕੁੱਲੇ ਵਾਲਿਆ ਇੱਕ ਮਿੰਟ ਜੀ ਮਾਈਕ ਉੱਪਰੋਂ ਬੰਦ ਰੱਖਿਓ ਸਟੇਜ ਤੋਂ ਰਿਜ਼ਲਟ ਬੋਲਦੀ ਏ ਬੈਸਟ ਏਟ ਜਾਫੀ ਬੋਲਦੀ ਏ ਅਮਨ ਕੁੱਲੇ ਵਾਲਿਆ ਵੀਰ ਰਿਜ਼ਲਟ ਦੱਸੇ ਕਿੰਨੇ ਕਿੰਨੇ ਨੰਬਰ ਹੈ ਕੌਣ ਬੈਸਟ ਨੇ ਅੱਜ ਦੇ ਕਬੱਡੀ ਕੱਪ ਦੇ ਅਮਨ ਕੁੱਲੇ ਵਾਲਾ ਵੀਰ ਸਾਡਾ ਬਬਲੂ ਗੁੱਜਰ ਤੇ ਗੁਰਜੀਤ ਗੁੱਜਰ ਵੱਲੋਂ 5000 ਲਾਏ ਸੀ ਖਰੇਤੀ ਵਾਲੇ ਵੀ ਜੱਫਾ ਨਹੀਂ ਲੱਗੇ ਤੇ 1100 ਪੁੱਜਦੇ ਕਿੱਤੇ ਵੀਰਾਂ ਨੇ ਬਿੰਦਰ ਇੱਧਰ ਆਇਓ ਇੱਕ ਗੁਰੀ ਧਲੇਰ ਦੀਆਂ ਰੇਡਾਂ ਤੇ 6100 ਰੁਪਇਆ ਲੱਗਿਆ ਉਹ ਵੀਰਾਂ ਤੋਂ ਦਬਾ ਦਿਓ 6100 ਉਹ ਅਰਸ਼ ਦੇ ਜੱਫਿਆਂ ਦੇ ਲੱਗਿਆ ਸੀ ਪੁੱਜਦਾ ਕਰ ਦਿੱਤਾ ਇਹਨਾਂ ਨੇ ਅਰਸ਼ ਦੇ ਜੱਫਿਆਂ ਦਾ ਵੀਰੇ ਉਹ ਮੁੰਡੇ ਨੂੰ ਮਿਲ ਲਓ ਗੁਰੀ ਵੈਦਵਾਨ ਗਿੰਦਾ ਵੈਦਵਾਨ ਪਾਰਸ ਚੇਅਰਮੈਨ ਕਹਿੰਦੇ 28 ਅਪ੍ਰੈਲ ਸੁਹਾਣੇ ਦੇ ਕਬੱਡੀ ਕੱਪ ਦੀ ਹੈ 31,000-21,000 ਪ੍ਰਾਈਜ ਬੈਸਟਾਂ ਨੂੰ ਐਲਈਡੀਆਂ 1100 ਲੈ ਜਾਓ ਜੀ ਰਿੰਕੂ ਖਰੈਤੀ ਦੇ ਵੀਰੇ ਅਮਨ ਕਿੱਥੇ ਆ ਜਾ ਅਮਨ ਪਹਿਲਾਂ ਤਾਂ ਰਿਜ਼ਲਟ ਬੋਲਦੇ ਫਸਟ ਕਿਹੜੀ ਟੀਮ ਹੈ ਕਿੰਨੇ ਨੰਬਰ ਹੈ ਇੱਕ ਮਿੰਟ ਵੀਰੇ ਧਨੌਰੀ ਦੇ ਨੰਬਰ ਰਹੇ ਆ 15 ਬਰਸਾਰਪੁਰ ਦੇ ਨੰਬਰ ਰਹੇ ਆ 21.5 ਇੱਕ ਮਿੰਟ ਪਹਿਲਾਂ ਮਰੀ ਪਹਿਲਾਂ ਰੌਲਾ ਨਾ ਪਾਓ ਜੀ ਮਨਜੋਤ ਮਾਛੀ ਵਾਲੇ ਨੇ ਰੇਡਾਂ ਪਾਈਆਂ ਵਾਜੀ ਵਾ ਉਧਰ ਸਾਡਾ ਵੀਰ ਜੱਸੀ ਕੈਨੇਡਾ ਜੋ ਅੱਜ ਦੇ ਕਬੱਡੀ ਕੱਪ ਨੂੰ ਲਾਈਵ ਤੱਕ ਰਿਹਾ ਹੈ ਰਾਜੇ ਯਾਰ ਇੱਕ ਵਾਰੀ ਪਹਿਲਾਂ ਫੈਸਲਾ ਕਰ ਲਓ ਜਿਹੜਾ ਨੰਬਰ ਵਾਲੇ ਵੀਰ ਨੇ ਕੱਢਿਆ ਮੈਂ ਉਹ ਬੋਲਦੇ ਨਾ ਬਾਕੀ ਫਿਰ ਤੁਸੀਂ ਬੋਲਦੇ ਹੋ ਮਨਜੋਤ ਨੇ 12 ਰੇਡਾਂ ਪਾਈਆਂ 10 ਨੰਬਰ ਹਾਸਲ ਕਰੇ ਹੈ ਗੁਰੀ ਧਲੇਰ ਨੇ 11 ਰੇਡਾਂ ਪਾਈਆਂ 10 ਨੰਬਰ ਰਹੇ ਹੈ ਨੰਬਰ ਵਾਲੇ ਹਿਸਾਬ ਦੇ ਵੀਰ ਅਮਨ ਦੇ ਹਿਸਾਬ ਨਾਲ ਗੁਰੀ ਬੈਸਟ ਰੇਡਰ ਹੈ ਗੁਰੀ ਧਲੇਰ ਬੈਸਟ ਜਾਫੀ ਬੈਸਟ ਜਾਫੀ ਅੰਮ੍ਰਿਤ ਪ੍ਰਸਾਰ ਪ੍ਰੀਏ ਨੇ 5 ਟੱਚ 3 ਜੱਫੇ ਅੰਮ੍ਰਿਤ ਪ੍ਰਸਾਰ